तो हेलो स्टूडेंट्स, अज आप आ गए जी। साड़ी शीट नंबर 8 है जी, ये तो देखो। सो स्केच स्टार्ट कर लिए अपना। हाँ जी, शीट नंबर जेडी साडा पार्ट नंबर 7, पार्ट नंबर 8 होएगा शायद, पार्ट नंबर 8। ठीक है जी, सो 7 पार्ट अपा कर ले। सो ओलंपिक खेडों विच तगमा जीतण वाली भारतीय पहली महिला करनम महलेश्वरी वेट लिफ्टिंग च मिलिया सी, याद रखियो जी, भार चक्कण च मिलिया सीगा तुहाडे कोल। मौजूदा समय दे रेल मंत्री कौन हन? जदों क्वेश्चन आया सी शीट जिस दिन, उदण तां होर सी कोई, बट हुण जिहड़ा हैगा तुहाडे कोल, हुण मेरे ख्याल चेंज हो गया जी तुहाडे कोल। सो जिहड़ा हैगा ए हुण ते आपां अपने हिसाब नाल लिखिए, लिख लो अश्विनी वैष्णव है हुण तां, अश्विनी वैष्णव। ठीक है जी। सो ए उड़ीसा दा है जी तुहाडे कोल, राज्यसभा मैंबर है उड़ीसा तों, उड़ीसा। ठीक है, सो इन्हां च कोई ऑप्शन नहीं है, सारे गलत है। करंट इवेंट्स चेंज होंदियां रहिंदियां ना। पहला महायुद्ध कदों होया? सो 14 तो 18 तक है जी, ये सारे बच्चे पढ़ते हैं, तो कोई एड्डी रोले वाली गलबात है नहीं कि तुहाडे कोल। ठीक है जी, इजीली इजीली कर सकते हो तुहाडे कोल। ठीक है, सो अगे चलिए जी, तुहाडे कोल आ गई शीट मेरी। तो सीबीएसई किस दे सीबीआई सॉरी सीबीएसई निकल गया, सीबीआई किस देश की पड़तालिया एजेंसी है? सो भारत की है जी सीबीआई, कोई रोले वाली गलबात है नहीं की। सो पहला अपना क्वेश्चन 18, मैं लगता एक शीट रह गई विच्चों, रह गई तो हम कोई गल नहीं, अगे देखते हैं। ठीक है, सो दुनिया के खेत्रफल का किन्ने प्रतिशत खेत्रफल भारत को है? 2.43, वेरी इंपॉर्टेंट क्वेश्चन है। ठीक है जी, सो ये बड़ा ठीक ठाक क्वेश्चन हैगा जी तुहाडे कोल, आपां नहीं ख्याल रखना है। ठीक है, उस तो बाद है शेरे पंजाब महाराजा रणजीत सिंह का जन्म कदों होया? ठीक है जी, सो जेड़ा हैगा 1780। ठीक है जी, सो जेड़ा हैगा तुहाडे कोल 1849 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ। ਅਗਰ ਬੰਦੇ ਨੂੰ ਇਹ ਵੀ ਪਤਾ ਹੋਵੇ ਤਾਂ ਬੰਦਾ 50-60 ਸਾਲ ਐਵਰੇਜ ਏਜ ਲਾ ਕੇ ਚੱਲੇ ਤਾਂ ਸਿੰਪਲ ਜੀ ਗੱਲ ਹੈ, ਆਹ ਆਪਸ਼ਨਾਂ ਤਾਂ ਵੈਸੇ ਹੀ ਕੱਟ ਜਾਂਦੀ। 1849 ਦੇ ਵਿੱਚ ਪੰਜਾਬ ਤੇ ਕਬਜ਼ਾ ਹੋਇਆ ਸੀ, 48 ਔਰ 49 ਵਾਲੇ ਟਾਈਮ ਤੇ, ਤਾਂ ਸਿੰਪਲੀ ਗੱਲ ਹੈ, ਤਾਂ ਇਹਦਾ ਮਤਲਬ ਆਹ ਆਪਸ਼ਨਾਂ ਤਾਂ ਵੈਸੇ ਹੀ ਡਿਲੀਟ ਹੋ ਜਾਂਦੀਆਂ। ਜੇ ਇਹਦੀ ਆਪਸ਼ਨ ਦੀ ਗੱਲ ਕਰੋਗੇ, ਹੁਣ ਆਪਾਂ ਐਂ ਤਾਂ ਕਹਿ ਨਹੀਂ ਸਕਦੇ ਵੀ 100 ਸਾਲ ਤੋਂ ਉੱਤੇ ਸੀਗੀ ਉਮਰ, ਤਾਂ ਇਹਦਾ ਮਤਲਬ ਸਾਰੀਆਂ ਆਪਸ਼ਨਾਂ ਬੰਦਾ ਲੌਜੀਕਲੀ ਹੀ ਡਿਲੀਟ ਕਰ ਸਕਦਾ ਹੈਗਾ। ਠੀਕ ਹੈ, ਇਹ ਤੋਂ ਇਹਨਾਂ ਵਿੱਚੋਂ ਕਿਹੜੀ ਸਭ ਤੋਂ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈਗੀ ਹੈ? ਸੋ ਇਹਨਾਂ 'ਚੋਂ ਤਾਂ ਜਿਗਰ ਹੈ ਜੀ ਤੁਹਾਡੇ ਕੋਲ। ਠੀਕ ਹੈ ਜੀ, ਸੋ ਇਹ ਵਾਲੀ ਚੀਜ਼ ਹੋ ਗਈ। ਟੀਚਰਸ ਡੇ ਠੀਕ ਹੈ ਕਦੋਂ ਮਨਾਇਆ ਜਾਂਦਾ ਹੈਗਾ? ਰਾਧਾ ਕ੍ਰਿਸ਼ਨ 5 ਸਤੰਬਰ ਨੂੰ ਹੁੰਦਾ ਹੈ, ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਬਰਥਡੇ ਹੁੰਦਾ ਹੈਗਾ ਤੁਹਾਡੇ ਕੋਲ। ਠੀਕ ਹੋ ਗਿਆ ਜੀ, ਸੋ ਇਹ ਵਾਲੀ ਚੀਜ਼ ਹੋ ਗਈ ਜੀ ਤੁਹਾਡੇ ਕੋਲ। ਕਣਾਵ ਦਾ ਆਇਤਨ, ਲੈਂਥ ਇਨਟੂ ਬਰੈਡਥ ਇਨਟੂ ਹਾਈਟ, ਆਇਤਨ ਵਾਲੀਅਮ ਹੁੰਦੀ ਹੈ, ਲੈਂਥ ਇਨਟੂ ਬਰੈਡਥ ਇਨਟੂ ਹਾਈਟ, ਆਹ ਵਾਲੀ ਆਪਸ਼ਨ ਆਏਗੀ, ਪਹਿਲੀ ਆਪਸ਼ਨ ਆ ਜਾਏਗੀ ਜੀ ਤੁਹਾਡੇ ਕੋਲ। ਠੀਕ ਹੈ ਜੀ, ਸੋ ਹੇਠ ਲਿਖਿਆਂ ਵਿੱਚੋਂ ਕਿਹੜੀ ਆਧਾਤ ਚਮਕੀਲੀ ਹੈ? ਆਇਓਡੀਨ ਹੁੰਦੀ ਹੈ ਜੀ ਚਮਕੀਲੀ, ਸੋ ਯਾਦ ਰੱਖਣਾ ਹੈ, ਵੈਰੀ ਇੰਪੋਰਟੈਂਟ ਕੁਐਸਚਨ। ਠੀਕ ਹੈ ਜੀ, ਉਸ ਤੋਂ ਬਾਅਦ ਕਹਿੰਦਾ ਚੱਕਰ ਦੇ ਇੱਕ ਬਿੰਦੂ ਤੇ ਕਿੰਨੀਆਂ ਸਪਰਸ਼ ਰੇਖਾਵਾਂ? ਅਗਰ ਆਹ ਲਿਆ ਤੁਸੀਂ, ਆਹ ਪੁਆਇੰਟ ਲੈ ਲਿਆ ਤਾਂ ਆਹ ਪੁਆਇੰਟ ਹੈ, ਹੁਣ ਜੇ ਤੁਸੀਂ ਇੱਥੇ ਕੋਈ ਹੋਰ ਕੱਢਣ ਦੀ ਕੋਸ਼ਿਸ਼ ਕਰੋਗੇ ਤਾਂ ਕੱਟ ਜਾਏਗੀ, ਤਾਂ ਇਹਦਾ ਮਤਲਬ ਇੱਕ ਹੀ ਪੋਸਿਬਿਲਿਟੀ ਬਣੂਗੀ, ਟੇਢੀ ਮੇਢੀ ਕਰੋਗੇ ਤਾਂ ਕੱਟ ਜਾਏਗੀ, ਸੋ ਇੱਕ ਹੀ ਡਰਾ ਕਰ ਸਕਦੇ ਹਾਂ ਤੁਹਾਡੇ ਪਾਸ। ਸੋ ਅਗਲਾ ਕੁਐਸਚਨ ਹੈ ਜੀ ਤੁਹਾਡੇ ਪਾਸ, ਕੀਬੋਰਡ ਤੇ ਸਭ ਤੋਂ ਲੰਬੀ ਕੀ ਕਿਹੜੀ ਹੈ? ਤੋ ਸਪੇਸ ਬਾਰ ਹੁੰਦੀ ਹੈ ਜੀ, 6ਵੀਂ ਵਾਲੇ ਬੱਚੇ ਨੂੰ ਵੀ ਪਤਾ ਸਪੇਸ ਬਾਰ ਹੁੰਦੀ ਹੈਗੀ। ਠੀਕ ਹੈ ਜੀ, ਮਲੇਰੀਆ ਕਿਸ ਰਾਹੀਂ ਫੈਲਦਾ ਹੈ? ਸੋ ਇੱਥੇ ਆਪਸ਼ਨ ਪ੍ਰੋਟੋਜ਼ੋਆ ਹੈ, ਜੇ ਪੁੱਛ ਜਾਣ ਵੀ ਪੂਰਾ ਕੈਰੀਅਰ ਕਿਹੜਾ ਹੈਗਾ ਤਾਂ ਫੀਮੇਲ ਐਨੋਫਲੀਜ਼ ਹੁੰਦਾ, ਮਾਦਾ ਐਨੋਫਲੀਜ਼, ਐਨੋਫਲੀਜ਼, ਮਾਦਾ ਐਨੋਫਲੀਜ਼, ਫੀਮੇਲ ਐਨੋਫਲੀਜ਼ ਜਿਹੜੇ ਇੰਗਲਿਸ਼ ਵਾਲੇ ਨੇ, ਸੋ ਇਹ ਆਪਾਂ ਆਰਾਮ ਨਾਲ ਕਰ ਪਾਵਾਂਗੇ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਹੇਠ ਲਿਖੀਆਂ ਸੰਭਾਵਨਾ ਵਿੱਚੋਂ ਕਿਹੜੀ ਸੰਭਵ ਨਹੀਂ ਹੈ? ਜਿਹੜੀ ਇੱਕ ਤੋਂ ਵੱਡੀ ਹੋਵੇ ਉਹ ਸੰਭਵ ਨਹੀਂ ਹੈ, ਨੈਗੇਟਿਵ ਹੋਵੇ ਜਿਹੜੀ ਘਟਾਓ 'ਚ ਹੋਵੇ ਉਹ ਵੀ ਸੰਭਵ ਨਹੀਂ ਹੈ, ਸੋ ਆਹ ਹੋ ਸਕਦੀ ਹੈ ਸਹੀ। ਠੀਕ ਹੈ, ਆਹ ਵੀ ਹੋ ਸਕਦੀ ਹੈ, ਆਹ ਵੀ ਹੋ ਸਕਦੀ, ਆਹ ਸੰਭਵ ਨਹੀਂ, ਤਾਂ ਆਹ ਇੱਕ ਤੋਂ ਵੱਡੀ ਨਹੀਂ ਹੈ, 15/100 ਹੈ, ਇੱਕ ਤੋਂ ਛੋਟੀ ਹੈ, ਪਰਸੈਂਟੇਜ 'ਚ ਦਿੱਤੀ ਹੋਈ ਹੈ। ਠੀਕ ਹੈ ਜੀ, ਸੋ ਇਹ ਆਪਾਂ ਖਿਆਲ ਰੱਖਣਾ ਜੀ। ਉਹ ਤੋਂ ਬਾਅਦ ਲਾਲ ਰਕਤਾਣੂਆਂ ਦਾ ਜੀਵਨ ਕਾਲ ਕਿੰਨਾ ਹੁੰਦਾ? ਸੋ 120 ਡੇਜ਼ ਹੁੰਦਾ ਜੀ, ਇਹ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ, ਹਰ ਕੰਪੀਟੀਟਿਵ ਐਗਜ਼ਾਮ 'ਚ ਆਉਂਦਾ ਜੀ। ਠੀਕ ਹੈ, ਸੋ ਆਹ ਵਾਲਾ ਕੁਐਸਚਨ ਹੈ ਜਿਹੜਾ ਤੁਹਾਡੇ ਕੋਲ, ਆਹ ਕੁਐਸਚਨ ਬਹੁਤ ਹੀ ਧਿਆਨ ਨਾਲ ਕਰਨਾ ਹੈਗਾ ਆਪਾਂ ਨੇ ਤੁਹਾਡੇ ਕੋਲ। ਠੀਕ ਹੈ ਜੀ,
ਕਹਿੰਦਾ ਘੜੀ ਵਿੱਚ ਇੰਨੇ ਵੱਜ ਚੁੱਕੇ ਹਨ, ਦਰਪਣ ਵਿੱਚ ਦੇਖਣ ਤੇ ਤੁਹਾਡੇ ਪਾਸ। ਹੁਣ ਖਿਆਲ ਰੱਖਿਓ, ਅਗਰ 1 ਤੋਂ 11 ਵਜੇ ਤੱਕ ਦਾ ਟਾਈਮ ਹੋਵੇ, ਠੀਕ ਹੈ ਜੀ, 1 ਤੋਂ ਲੈ ਕੇ 11 ਵਜੇ, ਮਤਲਬ 1 ਤੋਂ ਲੈ ਕੇ 11 ਤੱਕ ਗਿਣਤੀ ਦੇ ਵਿੱਚ ਹੋਵੋ ਤੁਸੀਂ, ਠੀਕ ਹੈ ਜੀ, 1 ਵਜੇ ਤੋਂ 11 ਵਜੇ ਇੱਕ ਗਿਣਤੀ 'ਚ ਲਓ ਤੁਸੀਂ, 1 ਤੋਂ 11 ਵਜੇ ਤੱਕ ਹੋ, ਤਾਂ ਤੁਸੀਂ ਉਹਨੂੰ ਨਾ 11:60 'ਚੋਂ ਘਟਾ ਦੇਣਾ। ਸੋ ਕੁੱਲ ਮਿਲਾ ਕੇ ਤੁਹਾਡਾ 8:45 ਹੈ ਨਾ, ਇਹਦੇ ਵਿੱਚ ਹੀ ਆ ਰਿਹਾ। ਟਾਈਮ ਨਹੀਂ ਮੈਂ ਕਹਿ ਰਿਹਾ ਤੁਹਾਡੇ ਕੋਲ, ਤੁਸੀਂ ਨੰਬਰ ਹੀ ਦੇਖੋ। ਤਾਂ ਇਹਦੇ 'ਚੋਂ 8:45 ਤੁਸੀਂ ਘਟਾ ਦੇਣਾ ਹੈਗਾ 11:60 'ਚੋਂ। ਸੋ ਇੱਥੇ 15 ਆ ਜਾਏਗਾ, ਇੱਥੇ 300, 315 ਤੁਹਾਡਾ ਆਂਸਰ ਆ ਜਾਏਗਾ, ਠੀਕ ਹੈ ਜੀ। ਅਤੇ ਜੇ 11 ਤੋਂ 1 ਦੇ ਵਿੱਚ ਹੋ ਗਿਆ ਤੁਹਾਡੇ ਕੋਲ, ਇੱਥੇ ਟਾਈਮ ਦੀ ਗੱਲ ਆਊਗੀ, 11 ਤੋਂ 1 ਦੇ ਵਿੱਚ, ਠੀਕ ਹੈ। ਸੋ ਜਿਹੜਾ ਹੈਗਾ ਤੁਹਾਡੇ ਕੋਲ, ਜੇ ਇਹਦੇ ਵਿੱਚ ਆ ਜਾਏ ਤੁਹਾਡਾ ਟਾਈਮ, ਮਾਨੇ 12 ਵਜੇ ਆ ਜਾਏ ਜਾਂ ਕੁਛ ਆ ਜਾਏ ਤੁਹਾਡੇ ਕੋਲ, ਠੀਕ ਹੈ ਜੀ, ਤਾਂ ਉਸ ਕੇਸ ਵਿੱਚ ਤੁਹਾਡੇ ਕੋਲ, ਇੱਥੇ ਵੀ ਤੁਸੀਂ 1 ਤੋਂ 1 ਰਾਤ ਵਾਲੇ ਲੈ ਲਓ ਤਾਂ ਵੀ ਕੁਛ ਨਹੀਂ, ਮਤਲਬ ਉਸ ਕੇਸ ਵਿੱਚ ਤੁਸੀਂ ਜਿਹੜਾ ਹੈਗਾ ਇਹ ਸਬਟ੍ਰੈਕਟ ਕਰਨਾ ਹੁੰਦਾ 2360 'ਚੋਂ। ਸੋ ਇਹ ਤੁਸੀਂ ਅਗਰ ਇੱਦਾਂ ਦਾ ਕੁਸ਼ਚਨ ਆਇਆ, ਮਤਲਬ ਤੁਹਾਡਾ 8:45 ਹੈ ਤਾਂ 1 ਤੋਂ 11 ਦੇ ਵਿੱਚ ਆ ਰਿਹਾ ਇਹ, ਤਾਂ ਜੇ 11 ਤੋਂ ਵੱਡਾ ਤਾਂ 1 ਤੋਂ ਜਿਹੜਾ ਹੈਗਾ ਇਹ ਤੁਹਾਡੇ ਕੋਲ, ਮਤਲਬ ਇੱਕ ਸਾਈਕਲ 1 ਤੋਂ 11 ਚੱਲਣਾ, 11 ਤੋਂ 1 ਆ, 11 ਤੱਕ ਦੇ ਟਾਈਮ ਵਾਲੇ ਇਹ 'ਚੋਂ ਘਟਾਉਣੇ ਨੇ। ਸੋ ਇਹ ਖਿਆਲ ਰੱਖਣਾ ਤੁਹਾਡੇ ਕੋਲ, ਠੀਕ ਹੈ ਜੀ। ਸੋ 35 ਨੰਬਰ ਕੁਸ਼ਚਨ 'ਤੇ ਅਗਰ ਆਪਾਂ ਆ ਜਾਈਏ ਤੁਹਾਡੇ ਕੋਲ, ਠੀਕ ਹੈ, ਕੈਨ ਯੂ ਸ਼ੋ ਮੀ ਸਮ ਗੁੱਡ ਪੈਨਸ, ਲਿਟਲ ਨਹੀਂ ਹੁੰਦਾ, ਐਨੀ ਨਹੀਂ ਹੁੰਦਾ, ਗੋਲਡਨ ਫਾਈਬਰ ਦੇ ਨਾਂ ਨਾਲ ਕਿਹਨੂੰ ਜਾਣਿਆ ਜਾਂਦਾ ਹੈ? ਸੋ ਕਣਕ ਨਹੀਂ, ਗੋਲਡਨ ਚਾਵਲ ਨਹੀਂ, ਪਟਸਨ ਹੈ ਜੀ ਗੋਲਡਨ ਫਾਈਬਰ, ਔਰ ਮੇਨ ਚੀਜ਼ ਹੈ ਫਾਈਬਰ ਹੀ ਆਹੀ ਹੈ, ਤਾਂ ਫਾਈਬਰ ਹੀ ਨਹੀਂ ਹੈਗੇ, ਰੇਸ਼ੇ ਹੁੰਦੇ ਨਾ ਫਾਈਬਰ ਦਾ ਮਤਲਬ, ਸੋ ਇਹ ਰੇਸ਼ੇ ਹੀ ਨਹੀਂ ਹੈਗੇ ਤੁਹਾਡੇ ਕੋਲ, ਠੀਕ ਹੈ ਜੀ। ਸੋ ਇੰਨਾ ਕਰ ਲਿਓ ਜੀ ਤੁਹਾਡੇ ਪਾਸ, ਜੇ ਸ਼ੇਅਰ ਨਹੀਂ ਹਲੇ ਤੱਕ ਕੀਤਾ ਤਾਂ ਕਰ ਦਿਓ, ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ, ਠੀਕ ਹੈ ਜੀ, ਥੈਂਕ ਯੂ ਜੀ।